ਭਗਤ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਇੰਡੀਆ ਸਟੱਡੀ ਗਰੁੱਪ ਵਿੱਚ ਦੋਸਤੋ PSPCL ਐਗਜ਼ਾਮ ਦੇ ਵਿੱਚ ਕਰੰਟ ਤੋਂ ਬਹੁਤ ਜ਼ਿਆਦਾ ਕੁਐਸਚਨ ਜਿਹੜੇ ਪੁੱਟ ਹੋ ਰਹੇ ਆ ਸੋ ਸਪੈਸ਼ਲੀ ਮੈਂ ਪੰਜਾਬੀ ਕੈਂਡੀਡੇਟਾਂ ਵਾਸਤੇ ਕਲਾਸ ਤਿਆਰ ਕਰੀ ਹੈ ਜੇ ਤੁਹਾਨੂੰ ਵਧੀਆ ਲੱਗੇ ਤਾਂ ਬਾਈ ਲਾਈਕ ਜ਼ਰੂਰ ਕਰ ਦਿਓ ਸਪੋਰਟ ਕਰਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਅਤੇ ਇੱਦਾਂ ਦੇ ਦੋਸਤੋ ਕਾਫੀ ਸਾਰੀ ਕਲਾਸਾਂ ਮੈਂ ਅਪਲੋਡ ਪਹਿਲਾਂ ਵੀ ਕਰ ਰੱਖੀ ਹੈ ਕਰੰਟ ਜੀਕੇ ਦੀ ਤੁਸੀਂ ਉਹ ਕਲਾਸਾਂ ਵੀ ਜ਼ਰੂਰ ਦੇਖ ਲਿਓ ਕਾਫੀ ਹੈਲਪਫੁਲ ਰਹੇਗੀ ਅਤੇ ਕੱਲ੍ਹ ਵੀ ਦੋਸਤੋ ਤੁਹਾਨੂੰ ਦੋ ਚਾਰ ਕਲਾਸਾਂ ਮਿਲ ਜਾਏਗੀ ਤੁਸੀਂ ਉਹ ਕਲਾਸਾਂ ਵੀ ਅਟੈਂਡ ਕਰ ਲਿਓ ਜੇ ਤੁਹਾਡਾ ਐਗਜ਼ਾਮ ਥੋੜੇ ਦਿਨ ਬਾਅਦ ਹੈ ਤਾਂ ਤੁਸੀਂ ਉਹ ਕਲਾਸਾਂ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਹੈਲਪ ਕਰੇਗੀ ਤਾਂ ਚਲੋ ਦੋਸਤੋ ਅੱਜ ਦੀ ਜਿਹੜੀ ਕਲਾਸ ਹੈ ਫਟਾਫਟ ਸ਼ੁਰੂ ਕਰ ਲੈਂਦੇ ਆ ਅਤੇ ਇੱਥੇ ਦੋਸਤੋ ਪਹਿਲੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿਹੜੀ ਟੀਮ ਨੇ ਰਣਜੀ ਟਰਾਫੀ 2018-19 ਦਾ ਖਿਤਾਬ ਜਿੱਤਿਆ ਤਾਂ ਦੋਸਤੋ ਇਹ ਜਿੱਤਿਆ ਜੀ ਵਿਦਰਭ ਨੇ ਯਾਨੀ ਕਿ ਰਣਜੀ ਟਰਾਫੀ 2018-19 ਵਿਦਰਭ ਨੇ ਜਿੱਤੀ ਸੀ ਹੁਣ ਚੱਲਦੇ ਹਾਂ ਦੋਸਤੋ ਦੂਜੇ ਕੁਐਸਚਨ ਦੇ ਵੱਲ ਤੇ ਇੱਥੇ ਦੋਸਤੋ ਪੁੱਛਿਆ ਗਿਆ ਮੁੰਬਈ ਨਾਗਪੁਰ ਐਕਸਪ੍ਰੈਸ ਵੇ ਦਾ ਨਾਂ ਕਿਸ ਦੇ ਨਾਂ ਤੇ ਰੱਖਿਆ ਗਿਆ ਹੈ ਤਾਂ ਦੋਸਤੋ ਇਹ ਰੱਖਿਆ ਗਿਆ ਬਾਲ ਠਾਕਰੇ ਯਾਨੀ ਕਿ ਮੁੰਬਈ ਨਾਗਪੁਰ ਐਕਸਪ੍ਰੈਸ ਵੇ ਦਾ ਜਿਹੜਾ ਨਾਮ ਹੈ ਉਹ ਕਿਸ ਦੇ ਨਾਂ ਤੇ ਰੱਖਿਆ ਗਿਆ ਬਾਲ ਠਾਕਰੇ ਦੇ ਨਾਂ ਤੇ ਕੁਐਸਚਨ ਤੀਜੇ ਦੇ ਵਿੱਚ ਦੋਸਤੋ ਗੱਲ ਹੋ ਰਹੀ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਗਾਂਧੀ ਸਿਟੀਜ਼ਨਸ਼ਿਪ ਐਜੂਕੇਸ਼ਨ ਅਵਾਰਡ ਦੇਣ ਦੀ ਘੋਸ਼ਣਾ ਕੀਤੀ ਹੈ ਤਾਂ ਦੋਸਤੋ ਇਹ ਕੀਤੀ ਹੈ ਜੀ ਪੁਰਤਗਾਲ ਨੇ ਬਹੁਤ ਜ਼ਿਆਦਾ ਦੋਸਤੋ ਇੰਪੋਰਟੈਂਟ ਹੈ ਧਿਆਨ ਰੱਖਿਓ ਗਾਂਧੀ ਸਿਟੀਜ਼ਨਸ਼ਿਪ ਐਜੂਕੇਸ਼ਨ ਅਵਾਰਡ ਕਿਹੜੇ ਦੇਸ਼ ਨੇ ਦੇਣ ਦੀ ਘੋਸ਼ਣਾ ਕਰੀ ਹੈ ਇਹ ਕਰੀ ਹੈ ਦੋਸਤੋ ਪੁਰਤਗਾਲ ਨੇ ਚੱਲਦੇ ਦੋਸਤੋ ਚੌਥੇ ਕੁਐਸਚਨ ਦੇ ਵੱਲ ਤੇ ਇੱਥੇ ਦੋਸਤੋ ਪੁੱਛਿਆ ਗਿਆ ਹਾਲ ਹੀ ਵਿੱਚ ਜਾਰੀ ਕੀਤੀ ਫੋਰਬਸ ਇੰਡੀਆ 2019 ਦੀ ਸੂਚੀ ਵਿੱਚ ਕਮਾਈ ਦੇ ਮਾਮਲੇ ਦੇ ਵਿੱਚ ਕਿਸ ਨੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ ਯਾਨੀ ਕਿ ਫੋਰਬਸ ਇੰਡੀਆ 2019 ਦੀ ਜਿਹੜੀ ਲਿਸਟ ਜਾਰੀ ਹੋਈ ਹੈ ਉਸ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕਿਹੜਾ ਬੰਦਾ ਆਇਆ ਤਾਂ ਬਾਈ ਸਭ ਤੋਂ ਅਮੀਰ ਬੰਦਾ ਇਸ ਨੇ ਦੱਸਿਆ ਵਿਰਾਟ ਕੋਹਲੀ ਨੂੰ ਯਾਨੀ ਕਿ ਇਸ ਦੀ ਇਨਕਮ ਸਭ ਤੋਂ ਵੱਧ ਹੈ 2019 ਦੇ ਵਿੱਚ ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਐਸਚਨ ਦੇ ਵੱਲ ਤੇ ਦੋਸਤੋ ਇੱਥੇ ਪੁੱਛਿਆ ਗਿਆ ਹਾਲ ਹੀ ਵਿੱਚ ਭਾਰਤ ਦਾ ਅਗਲਾ ਸੈਨਾ ਮੁਖੀ ਕੌਣ ਚੁਣਿਆ ਗਿਆ ਹੈ ਤਾਂ ਇਹ ਚੁਣਿਆ ਗਿਆ ਦੋਸਤੋ ਮਨੋਜ ਮੁਕੁੰਦ ਨਰਵਾਣੀ ਕੌਣ ਚੁਣਿਆ ਗਿਆ ਮਨੋਜ ਮੁਕੁੰਦ ਨਰਵਾਣੀ ਜਿਹੜਾ ਹੈ ਆਪਣੇ ਥਲ ਸੈਨਾ ਦੇ ਨਵੇਂ ਅਧਿਅਕਸ ਚੁਣੇ ਗਏ ਹੈ ਗੱਲ ਕਰੀਏ ਦੋਸਤੋ ਛੇਵੇਂ ਕੁਐਸਚਨ ਦੀ ਤਾਂ ਇਸ ਦੇ ਵਿੱਚ ਦੋਸਤੋ ਪੁੱਛਿਆ ਗਿਆ ਹਾਲ ਹੀ ਵਿੱਚ ਮਿਸ ਵਰਲਡ 2019 ਦਾ ਖਿਤਾਬ ਕਿਸ ਨੇ ਜਿੱਤਿਆ ਹੈ ਦੋਸਤੋ ਇਹ ਖਿਤਾਬ ਜਿਹੜਾ ਹੈ ਇਹ ਜਿੱਤਿਆ ਹੈ ਟੋਨੀ ਐਨ ਸਿੰਘ ਨੇ ਮਿਸ ਵਰਲਡ 2019 ਕੌਣ ਬਣੀ ਹੈ ਟੋਨੀ ਐਨ ਸਿੰਘ ਜਿਹੜੀ ਹੈ ਉਹ ਮਿਸ ਵਰਲਡ ਬਣੀ ਹੈ ਚਲਦੇ ਹਾਂ ਦੋਸਤੋ ਸੱਤਵੀਂ ਕੁਐਸਚਨ ਨੰਬਰ 7 ਦੇ ਵਿੱਚ ਦੋਸਤੋ ਪੁੱਛਿਆ ਗਿਆ ਹਾਲ ਹੀ ਵਿੱਚ ਜਾਰੀ ਕੀਤੇ ਗਏ ਗਲੋਬਲ ਲਿੰਕ ਗੈਪ ਇੰਡੈਕਸ ਦੇ ਵਿੱਚ ਭਾਰਤ ਨੂੰ ਕਿਹੜੀ ਸਥਿਤੀ ਮਿਲੀ ਹੈ ਤਾਂ ਇਹ ਮਿਲੀ ਹੈ ਦੋਸਤੋ 112ਵੀਂ ਕਿਹੜੀ ਪੋਜੀਸ਼ਨ ਭਾਰਤ ਨੂੰ ਹਾਸਲ ਹੋਈ ਹੈ 112ਵੀਂ ਇੱਥੇ ਦੋਸਤੋ ਤੁਸੀਂ ਇੰਡੈਕਸ ਯਾਦ ਰੱਖਣਾ ਹੈ ਗਲੋਬਲ ਲਿੰਕ ਗੈਪ ਇੰਡੈਕਸ ਦੀ ਗੱਲ ਆਪਾਂ ਕਰ ਰਹੇ ਹਾਂ ਇਸ ਦੇ ਵਿੱਚ ਇੰਡੀਆ ਨੂੰ 112ਵੀਂ ਪੋਜੀਸ਼ਨ ਹਾਸਲ ਹੋਈ ਹੈ ਹੁਣ ਚੱਲਦੇ ਹਾਂ ਦੋਸਤੋ 8ਵੇਂ ਕੁਐਸਚਨ ਦੇ ਵੱਲ ਤੇ ਇੱਥੇ ਪੁੱਛਿਆ ਗਿਆ ਹਾਲ ਹੀ ਵਿੱਚ ਪ੍ਰਸਿੱਧ ਵਿਅਕਤੀ ਸ੍ਰੀ ਰਾਮ ਲਾਗੂ ਇਹਨਾਂ ਦਾ ਹੋ ਗਿਆ ਦੋਸਤੋ ਦੇਹਾਂਤ ਤੇ ਇਹ ਕੌਣ ਸੀ ਇਹ ਸੀ ਦੋਸਤੋ ਇੱਕ ਅਭਿਨੇਤਾ ਸ੍ਰੀ ਰਾਮ ਲਾਗੂ ਜਿਹੜੇ ਹੈ ਇਹਨਾਂ ਬਾਰੇ ਜੇ ਕੁਐਸਚਨ ਆਵੇ ਤਾਂ ਇਹ ਅਭਿਨੇਤਾ ਸੀ ਤੇ ਇਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਗੱਲ ਕਰੀਏ ਦੋਸਤੋ ਨਵੇਂ ਕੁਐਸਚਨ ਦੀ ਤਾਂ ਇੱਥੇ ਦੋਸਤੋ ਪੁੱਛਿਆ ਗਿਆ ਫੋਰਬਸ ਨੇ ਹਾਲ ਹੀ ਵਿੱਚ ਦੁਨੀਆ ਦੀ 100 ਸਭ ਤੋਂ ਸ਼ਕਤੀਸ਼ਾਲੀ ਯਾਨੀ ਕਿ ਪਾਵਰਫੁਲ ਲੇਡੀਜ਼ ਦੀ ਲਿਸਟ ਜਾਰੀ ਕੀਤੀ ਹੈ ਇਸ ਦੇ ਵਿੱਚ ਕਿਹੜੀ ਮਹਿਲਾ ਨੂੰ ਸਿਖਰ ਦਾ ਸਥਾਨ ਪ੍ਰਾਪਤ ਹੋਇਆ ਯਾਨੀ ਕਿ ਚੋਟੀ ਦਾ ਸਥਾਨ ਇਹ ਹੈ ਜੀ ਐਂਜੇਲਾ ਮਾਰਕੇਲ ਇਹ ਪਹਿਲੇ ਨੰਬਰ ਦੀ ਪਾਵਰਫੁਲ ਵੂਮੈਨ ਹੈ ਇੱਥੇ ਦੋਸਤੋ ਸਾਰੀ ਦੁਨੀਆ ਦੀ ਗੱਲ ਹੋ ਰਹੀ ਹੈ ਤੇ ਬਾਈ ਸਾਰੀ ਦੁਨੀਆ ਦੇ ਵਿੱਚ ਐਂਜੇਲਾ ਮਾਰਕੇਲ ਸਭ ਤੋਂ ਪਾਵਰਫੁਲ ਵੂਮੈਨ ਮੰਨੀ ਜਾਂਦੀ ਹੈ ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਐਸਚਨ ਦੇ ਵੱਲ ਵਿੱਚ ਦੋਸਤੋ ਪੁੱਛਿਆ ਗਿਆ ਰਾਸ਼ਟਰੀ ਊਰਜਾ ਸੰਭਾਲ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਦੋਸਤੋ ਇਹ ਮਨਾਇਆ ਜਾਂਦਾ ਹੈ 14 ਦਸੰਬਰ ਨੂੰ ਕਦੋਂ ਮਨਾਇਆ ਜਾਂਦਾ ਜੀ ਰਾਸ਼ਟਰੀ ਊਰਜਾ ਸੰਭਾਲ ਦਿਵਸ 14 ਦਸੰਬਰ ਨੂੰ ਇਹ ਦਿਵਸ ਜਿਹੜਾ ਹੈ ਮਨਾਇਆ ਜਾਂਦਾ ਹੈ ਚੱਲਦੇ ਹਾਂ ਦੋਸਤੋ 11ਵੇਂ ਸਵਾਲ ਦੇ ਵਿੱਚ ਤੇ ਇੱਥੇ ਦੋਸਤੋ ਪੁੱਛਿਆ ਗਿਆ ਜਾਪਾਨ ਨੇ ਹਾਲ ਹੀ ਵਿੱਚ ਕਿਸ ਨੂੰ ਭਾਰਤ ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ ਯਾਨੀ ਕਿ ਜਾਪਾਨ ਦਾ ਨਿਆ ਰਾਜਦੂਤ ਭਾਰਤ ਦੇ ਵਿੱਚ ਕੌਣ ਆਇਆ ਸਤੋਸੀ ਸੁਜ਼ੂਕੀ ਸਤੋਸੀ ਸੁਜ਼ੂਕੀ ਜਿਹੜਾ ਹੈ ਦੋਸਤੋ ਜਾਪਾਨ ਦਾ ਨਿਆ ਰਾਜਦੂਤ ਭਾਰਤ ਦੇ ਵਿੱਚ ਆਇਆ ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਇੱਥੇ ਦੋਸਤੋ ਪੁੱਛਿਆ ਗਿਆ ਸਾਲ 2020 ਵਿੱਚ ਕਿਹੜਾ ਦੇਸ਼ ਨੇਵੀ ਅਭਿਆਸ ਮਿਲਾਂ ਦੀ ਮੇਜ਼ਬਾਨੀ ਕਰੇਗਾ ਯਾਨੀ ਕਿ ਜਿਹੜਾ ਨੇਵੀ ਅਭਿਆਸ ਹੁੰਦਾ ਉਹ ਕਿਹੜਾ ਦੇਸ਼ ਆਯੋਜਿਤ ਕਰੇਗਾ ਕਿਹੜੇ ਦੇਸ਼ ਦੇ ਵਿੱਚ ਹੋਏਗਾ ਤਾਂ ਦੋਸਤੋ ਇਹ ਹੋਏਗਾ ਜੀ ਇੰਡੀਆ ਦੇ ਵਿੱਚ ਯਾਨੀ ਕਿ ਭਾਰਤ ਦੇ ਵਿੱਚ ਹੁਣ ਚੱਲਦੇ ਦੋਸਤੋ 13ਵੇਂ ਕੁਐਸਚਨ ਦੇ ਵੱਲ ਤੇ ਕੁਐਸਚਨ 13 ਦੇ ਵਿੱਚ ਪੁੱਛਿਆ ਗਿਆ ਕਿਸ ਪੁਰਸ਼ ਖਿਡਾਰੀ ਨੇ ਵਰਲਡ ਅਥਲੀਟ ਆਫ ਦੀ ਈਅਰ 2019 ਦਾ ਖਿਤਾਬ ਜਿੱਤਿਆ ਤਾਂ ਦੋਸਤੋ ਇਹ ਹੈ ਜੀ ਐਲਿਊਡ ਕਿਪਚੋ ਕੌਣ ਹੈ ਜੀ ਐਲਿਊਡ ਕਿਪਚੋ ਨੇ ਅਥਲੀਟ ਵਰਲਡ ਅਥਲੀਟ ਆਫ ਦੀ ਈਅਰ 2019 ਦਾ ਖਿਤਾਬ ਜਿੱਤਿਆ ਹੈ ਜੀ ਥੋੜ੍ਹੀ ਜਿਹੀ ਮਿਸਟੇਕ ਹੋਈ ਹੈ ਦੋਸਤੋ ਕੁਐਸਚਨ ਦੇ ਵਿੱਚ ਤੁਸੀਂ ਸਮਝ ਲਿਓ ਇੱਥੇ ਦੋਸਤੋ ਗੱਲ ਕਰੀਏ ਆਪਾਂ 14ਵੇਂ ਕੁਐਸਚਨ ਦੀ ਤਾਂ ਇਸ ਦੇ ਵਿੱਚ ਪੁੱਛਿਆ ਗਿਆ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਦੁਲਹਨ ਲਈ ਅਰੰਧਤੀ ਸਰਵਣ ਯੋਜਨਾ ਸ਼ੁਰੂ ਕੀਤੀ ਹੈ ਬਹੁਤ ਜ਼ਿਆਦਾ ਦੋਸਤੋ ਇੰਪੋਰਟੈਂਟ ਹੈ ਹਾਲ ਹੀ ਵਿੱਚ ਕਿਹੜੇ ਰਾਜ ਸਰਕਾਰ ਨੇ ਦੁਲਹਨ ਵਾਸਤੇ ਯਾਨੀ ਕਿ ਨਈ ਜਿਹੜੀ ਵਹੂ ਹੁੰਦੀ ਹੈ ਉਸਦੇ ਵਾਸਤੇ ਅਰੰਧਤੀ ਸਰਵਣ ਯੋਜਨਾ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਤਾਂ ਦੋਸਤੋ ਇਹ ਹੈ ਜੀ ਆਸਾਮ ਇਹੋ ਜਿਹੇ ਕਾਰਨਾਮੇ ਜਿਹੜੇ ਆਸਾਮ ਕਰ ਰਿਹਾ ਵਧੀਆ ਵਧੀਆ ਯੋਜਨਾ ਲਾਂਚ ਕਰ ਰਿਹਾ ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ ਇੱਥੇ ਦੋਸਤੋ ਸਵਾਲ ਨੰਬਰ 15 ਇੱਥੇ ਦੋਸਤੋ ਪੁੱਛਿਆ ਗਿਆ ਹਾਲ ਵਿੱਚ ਕਿਸ ਨੂੰ ਸ਼੍ਰੀਲੰਕਾ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਬਹੁਤ ਜ਼ਿਆਦਾ ਦੋਸਤੋ ਇੰਪੋਰਟੈਂਟ ਕੁਐਸਚਨ ਹੈ ਤੇ ਇਹ ਦੋਸਤੋ ਨਿਯੁਕਤ ਕੀਤਾ ਗਿਆ ਮਹਿੰਦਰਾ ਰਾਜਪਕਸੇ ਕੌਣ ਹੈ ਜੀ ਮਹਿੰਦਰਾ ਰਾਜਪਕਸੇ ਜਿਹੜੇ ਹੈ ਇਹ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਆਪਣੇ ਹੈ ਜੀ ਮੋਦੀ ਜੀ ਹੁਣ ਚੱਲਦੇ ਹਾਂ 16ਵੇਂ ਕੁਐਸਚਨ ਦੇ ਵੱਲ ਤੇ ਇੱਥੇ ਦੋਸਤੋ ਪੁੱਛਿਆ ਗਿਆ ਹਾਲ ਹੀ ਵਿੱਚ ਕਿਸ ਨੂੰ ਪੈਟਾ
19 नवंबर ਨੂੰ। ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਐਸਚਨ ਦੇ ਵੱਲ, ਤੇ ਕੁਐਸਚਨ ਜਿਹੜਾ ਧਿਆਨ ਨਾਲ ਦੋਸਤੋ ਸਮਝਿਓ। ਆਪਣੇ ਜਿਹੜੇ ਹੈ ਸਰਦ ਅਰਵਿੰਦ ਬੋਬਡੇ, ਇਹ ਭਾਰਤ ਦੇ ਨਵੇਂ ਚੀਫ ਜੱਜ ਬਣੇ ਹੈ, ਤੇ ਤੁਸੀਂ ਦੱਸਣਾ ਕਿੰਨਵੇਂ ਨੰਬਰ ਦੇ ਜੱਜ ਬਣੇ ਹੈ। ਇਹ ਬਣੇ ਦੋਸਤੋ 47ਵੇਂ ਨੰਬਰ ਦੇ ਜੱਜ, ਠੀਕ ਹੈ, ਚੀਫ ਜੱਜ ਬਣੇ ਹੈ ਦੋਸਤੋ ਇਹ 47ਵੇਂ ਨੰਬਰ ਦੇ ਨਾਲ, ਤੁਸੀਂ ਦੋਸਤੋ ਧਿਆਨ ਰੱਖਣਾ ਸਰਦ ਅਰਵਿੰਦ ਬੋਬਡੇ। ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਐਸਚਨ ਦੇ ਵੱਲ। ਕੁਐਸਚਨ ਨੰਬਰ 19 ਦੇ ਵਿੱਚ ਦੋਸਤੋ ਪੁੱਛਿਆ ਗਿਆ, ਹਾਲ ਹੀ ਵਿੱਚ ਸ਼੍ਰੀਲੰਕਾ ਦਾ 8ਵਾਂ ਰਾਸ਼ਟਰਪਤੀ ਕੌਣ ਬਣਿਆ ਹੈ? ਤਾਂ ਦੋਸਤੋ ਇਹ ਬਣਿਆ ਹੈ ਗੋਤਾਬਿਆ ਰਾਜਪਕਸ਼। ਕੌਣ ਜੀ? ਗੋਤਾਬਿਆ ਰਾਜਪਕਸ਼ ਜਿਹੜੇ ਹੈ ਇਹ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ ਹੈ। ਹੁਣ ਚੱਲਦੇ ਹਾਂ ਕੁਐਸਚਨ ਨੰਬਰ ਦੋਸਤੋ 20 ਦੇ ਵੱਲ, ਤੇ ਇਸ ਦੇ ਵਿੱਚ ਪੁੱਛਿਆ ਗਿਆ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਕਿਸਾਨਾਂ ਵਾਸਤੇ ਈ ਗੰਨੇ ਦਾ ਮੋਬਾਈਲ ਐਪ ਲਾਂਚ ਕਰ ਦਿੱਤਾ ਹੈ? ਤਾਂ ਦੋਸਤੋ ਇਹ ਕਰਿਆ ਜੀ ਉੱਤਰ ਪ੍ਰਦੇਸ਼ ਨੇ। ਰੀਜ਼ਨ ਤੁਸੀਂ ਜਾਣਦੇ ਹੀ ਹੋਵੋਗੇ, ਇੱਥੇ ਸਭ ਤੋਂ ਵੱਧ ਜਿਹੜਾ ਗੰਨਾ ਪੈਦਾ ਹੁੰਦਾ ਹੈ, ਇਸੇ ਕਰਕੇ ਇੱਥੇ ਦੀ ਜਿਹੜੀ ਸਰਕਾਰ ਹੈ ਉਸਨੇ ਈ ਗੰਨੇ ਦਾ ਮੋਬਾਈਲ ਐਪ ਲਾਂਚ ਕਰਿਆ। ਹੁਣ ਦੋਸਤੋ ਚੱਲਦੇ ਹਾਂ 21ਵੇਂ ਕੁਐਸਚਨ ਦੇ ਵੱਲ, ਤੇ ਇੱਥੇ ਦੋਸਤੋ ਪੁੱਛਿਆ ਗਿਆ, ਮੇਘਾਲਿਆ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਕਿਸਨੇ ਹਾਲ ਹੀ ਵਿੱਚ ਸਹੁੰ ਚੁੱਕੀ ਹੈ? ਤਾਂ ਦੋਸਤੋ ਇਹ ਹੈ ਜੀ ਜਸਟਿਸ ਮੁਹੰਮਦ ਰਫੀਕ। ਜਸਟਿਸ ਮੁਹੰਮਦ ਰਫੀਕ ਜਿਹੜੇ ਹੈ ਦੋਸਤੋ ਇਹ ਮੇਘਾਲਿਆ ਦੇ ਨਵੇਂ ਚੀਫ ਜੱਜ ਬਣੇ ਹੈ। ਹੁਣ ਚੱਲਦੇ ਹਾਂ ਦੋਸਤੋ 22 ਨੰਬਰ ਕੁਐਸਚਨ ਦੇ ਵੱਲ, ਤੇ ਇੱਥੇ ਦੋਸਤੋ ਪੁੱਛਿਆ ਗਿਆ, ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੂੰ ਗਣਤੰਤਰ ਦਿਵਸ 2020 ਦਾ ਮੁੱਖ ਮਹਿਮਾਨ ਬਣਾਇਆ ਗਿਆ ਹੈ? ਇਹਨੂੰ ਦੋਸਤੋ ਤੁਸੀਂ 3 ਸਟਾਰ ਲਾ ਕੇ ਨੋਟ ਕਰ ਲਓ, ਦੋ ਛੋਟੇ ਰਹਿ ਜਾਣੇ ਦੋਸਤੋ, 3 ਸਟਾਰ ਲਾ ਕੇ ਨੋਟ ਕਰ ਲਓ। ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੇ ਜਿਹੜੇ ਆਉਣ ਵਾਲੀ 26 ਜਨਵਰੀ ਹੈ ਉਸਦੇ ਵਾਸਤੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਜੀ? ਉਹ ਹੈ ਬ੍ਰਾਜ਼ੀਲ, ਯਾਨੀ ਕਿ ਬ੍ਰਾਜ਼ੀਲ ਆਉਣਗੇ ਆਪਣੇ ਇੱਥੇ ਇੰਡੀਆ ਦੇ ਵਿੱਚ 26 ਜਨਵਰੀ ਦੇ ਮੌਕੇ ਤੇ। ਹੁਣ ਚੱਲਦੇ ਵਿੱਚ ਦੋਸਤੋ ਪੁੱਛਿਆ ਗਿਆ, ਹਾਲ ਹੀ ਵਿੱਚ ਮਿਸ਼ਨ ਗਗਨਯਾਨ ਲਈ ਕਿੰਨੇ ਸੰਭਾਵਿਤ ਯਾਤਰੀ ਜਿਹੜੇ ਹੈ ਉਹ ਚੁਣੇ ਗਏ ਹੈ? ਉਹ ਹੈ ਜੀ 12, ਯਾਨੀ ਕਿ ਇਹ ਫਿਕਸ ਗਿਣਤੀ ਨਹੀਂ ਹੈ, ਘੱਟ ਵੱਧ ਹੋ ਸਕਦੀ ਹੈ, ਸੰਭਾਵਨਾ ਹੈ ਕਿ 12 ਬੰਦੇ ਜਾਣਗੇ, ਠੀਕ ਹੈ। ਹੁਣ ਚੱਲਦੇ ਦੋਸਤੋ 24 ਨੰਬਰ ਕੁਐਸਚਨ ਦੇ ਵੱਲ, ਤੇ ਇੱਥੇ ਪੁੱਛਿਆ ਗਿਆ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਇੱਕ ਸ਼ਿਸ਼ੂ ਸੁਰੱਖਿਆ ਐਪ ਜਿਹੜਾ ਹੈ ਉਹ ਲਾਂਚ ਕਰਿਆ? ਤਾਂ ਬਾਈ ਇਹ ਕੰਮ ਕਰਿਆ ਅਸਮ ਨੇ। ਕਿਹਨੇ? ਅਸਮ ਨੇ ਜਿਹੜਾ ਹੈ ਇਹ ਐਪ ਜਿਹੜਾ ਹੈ ਲਾਂਚ ਕਰਿਆ ਹੈ ਸ਼ਿਸ਼ੂ ਸੁਰੱਖਿਆ। ਧਿਆਨ ਰੱਖਣਾ ਦੋਸਤੋ ਤੁਸੀਂ। ਹੁਣ ਆਪਾਂ ਚੱਲਦੇ ਹਾਂ 25 ਨੰਬਰ ਕੁਐਸਚਨ ਦੇ ਵੱਲ, ਤੇ ਇੱਥੇ ਦੋਸਤੋ ਪੁੱਛਿਆ ਗਿਆ, ਹਾਲ ਹੀ ਵਿੱਚ ਅੰਤਰਰਾਸ਼ਟਰੀ T20 ਵਿੱਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਕੌਣ ਬਣ ਗਿਆ? ਤਾਂ ਦੋਸਤੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਪੋਰਟਸ ਵਾਲੇ ਕੁਐਸਚਨ ਜ਼ਿਆਦਾ ਪੁੱਛੇ ਜਾ ਰਹੇ, ਤੇ ਇਹ ਹੈ ਜੀ ਦੀਪਕ ਚਾਹਰ। ਦੀਪਕ ਚਾਹਰ ਜਿਹੜਾ ਹੈ ਦੋਸਤੋ ਇਹ ਹਾਲ ਵਿੱਚ ਅੰਤਰਰਾਸ਼ਟਰੀ T20 ਵਿੱਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ। ਹੁਣ ਚੱਲਦੇ ਆਪਾਂ 26 ਨੰਬਰ ਕੁਐਸਚਨ ਦੇ ਵੱਲ, ਤੇ ਦੋਸਤੋ ਇੱਥੇ ਪੁੱਛਿਆ ਗਿਆ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਤੇ ਪੂਰੇ ਤਰੀਕੇ ਨਾਲ ਪਾਬੰਦੀ ਲਾ ਦਿੱਤੀ ਹੈ? ਤਾਂ ਬਾਈ ਇਹ ਕਾਰਨਾਮਾ ਕਰਿਆ ਬਿਹਾਰ ਸਰਕਾਰ ਨੇ, ਯਾਨੀ ਕਿ ਬਿਹਾਰ ਦੇ ਵਿੱਚ ਹੁਣ 15 ਸਾਲੋਂ ਪੁਰਾਣੇ ਜਿਹੜੇ ਵਾਹਨ ਹੋਣਗੇ, ਜਿਵੇਂ ਬੱਸਾਂ ਹੋ ਗਈ, ਜੀਪ ਹੋ ਗਈ, ਟਰੱਕ ਹੋ ਗਿਆ, ਗੱਡੀ ਕੋਈ ਵੀ ਹੋਏ, ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਹੁਣ ਚੱਲਦੇ ਦੋਸਤੋ 27 ਨੰਬਰ ਕੁਐਸਚਨ ਦੇ ਵੱਲ, ਤੇ ਇੱਥੇ ਪੁੱਛਿਆ ਗਿਆ, ਹਾਲ ਹੀ ਵਿੱਚ ਸੂਰਜ ਦੀ ਹੱਦ ਪਾਰ ਕਰਨ ਵਾਲਾ ਦੂਜਾ ਯਾਨ ਜਿਹੜਾ ਹੈ ਉਹ ਕਿਹੜਾ ਬਣ ਗਿਆ? ਇਹ ਹੈ ਜੀ ਵਾਈਜ਼ਰ 2। ਕਿਹੜਾ ਯਾਨ ਹੈ? ਵਾਈਜ਼ਰ 2 ਇਹ ਸੂਰਜ ਦੀ ਹੱਦ ਵਿੱਚ ਘੁਸਣ ਵਾਲਾ ਦੂਜਾ ਯਾਨ ਬਣ ਗਿਆ ਹੈ। ਹੁਣ ਚੱਲਦੇ ਹਾਂ ਦੋਸਤੋ 28 ਨੰਬਰ ਕੁਐਸਚਨ ਦੇ ਵੱਲ, ਤੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਦੋਸਤੋ, ਹਾਲ ਹੀ ਵਿੱਚ ਗੋਆ ਦਾ ਨਵਾਂ ਰਾਜਪਾਲ ਕੌਣ ਬਣਿਆ ਹੈ? ਤਾਂ ਇਹ ਹੈ ਜੀ ਸਤਿਆਪਾਲ ਮਲਿਕ। ਕੌਣ ਹੈ? ਸਤਿਆਪਾਲ ਮਲਿਕ ਜਿਹੜੇ ਹੈ ਇਹ ਗੋਆ ਦੇ ਨਏ ਰਾਜਪਾਲ ਬਣ ਗਏ ਹੈ। ਕੁਐਸਚਨ ਨੰਬਰ 29 ਦੇ ਵਿੱਚ ਦੋਸਤੋ ਪੁੱਛਿਆ ਗਿਆ ਹੈ, ਕਿਹੜੇ ਭਾਰਤੀ ਸ਼ਹਿਰਾਂ ਨੂੰ ਯੂਨੈਸਕੋ ਕ੍ਰੀਏਟਿਵ ਸਿਟੀ ਨੈਟਵਰਕ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ? ਧਿਆਨ ਨਾਲ ਸੁਣ ਲਓ ਦੋਸਤੋ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਹੜੇ ਦੋ ਭਾਰਤੀ ਸ਼ਹਿਰਾਂ ਨੂੰ ਯੂਨੈਸਕੋ ਕ੍ਰੀਏਟਿਵ ਸਿਟੀ ਨੈਟਵਰਕ ਦੀ ਸੂਚੀ ਦੇ ਵਿੱਚ ਸ਼ਾਮਿਲ ਕਰਿਆ ਗਿਆ ਹੈ? ਤਾਂ ਇਹ ਹੈ ਦੋਸਤੋ ਮੁੰਬਈ ਤੇ ਹੈਦਰਾਬਾਦ। ਹੁਣ ਚੱਲਦੇ ਹਾਂ ਦੋਸਤੋ ਅੱਜ ਦੇ ਲਾਸਟ ਕੁਐਸਚਨ ਦੇ ਵੱਲ, ਤੇ ਇੱਥੇ ਪੁੱਛਿਆ ਗਿਆ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਗੁਟਖਾ ਪਾਨ ਮਸਾਲੇ ਦੇ ਉਤਪਾਦਨ ਅਤੇ ਵਿਕਰੀ ਦੇ ਉੱਤੇ ਪੂਰਨ ਪਾਬੰਦੀ ਲਾ ਦਿੱਤੀ ਹੈ? ਯਾਨੀ ਕਿ ਇੱਥੇ ਨਾ ਤਾਂ ਕੋਈ ਗੁਟਖਾ ਵਗੈਰਾ ਬਣਾ ਸਕਦਾ ਤੇ ਨਾ ਕੋਈ ਵੇਚ ਸਕਦਾ, ਤੰਬਾਕੂ ਹੋਇਆ, ਗੁਟਖਾ ਹੋਇਆ, ਸਾਰਿਆਂ 'ਤੇ ਪਾਬੰਦੀ ਲਾ ਦਿੱਤੀ ਹੈ ਦੋਸਤੋ। ਇਹ ਕੰਮ ਕਰਿਆ ਪੱਛਮ ਬੰਗਾਲ ਨੇ, ਬਟ ਦੋਸਤੋ ਕਹਿਣ ਦਾ ਹੀ ਹੋਵੇਗਾ ਇੰਨੀ ਛੇਤੀ ਇਹਨਾਂ 'ਤੇ ਪਾਬੰਦੀ ਲੱਗ ਨਹੀਂ ਸਕਦੀ। ਹਾਂ, ਹੌਲੀ ਹੌਲੀ ਜੇ ਕੋਈ ਕੋਸ਼ਿਸ਼ ਕਰੇਗਾ ਦਿਲੋਂ ਤਾਂ ਹੋ ਸਕਦਾ ਪਾਬੰਦੀ ਲੱਗ ਜੇ। ਸੋ ਦੋਸਤੋ ਇਹ ਸੀ ਅੱਜ ਦੇ ਇੰਪੋਰਟੈਂਟ 30 ਕੁਐਸਚਨ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੇ ਹੋਣਗੇ। ਤਾਂ ਬਾਈ ਇੱਕ ਅੱਧੀ ਵਾਰ ਹੋਰ ਇਹਨਾਂ ਨੂੰ ਰਿਪੀਟ ਕਰ ਲਿਓ, ਵਧੀਆ ਤਰੀਕੇ ਨਾਲ ਤੁਹਾਨੂੰ ਯਾਦ ਹੋ ਜਾਣਗੇ। ਅਤੇ ਮੈਂ ਸਪੈਸ਼ਲੀ ਪੰਜਾਬੀ ਕੈਂਡੀਡੇਟਾਂ ਵਾਸਤੇ ਕੋਸ਼ਿਸ਼ ਕਰੀਏ ਪੰਜਾਬੀ PTF ਰੈਡੀ ਕਰਨ ਦੀ, ਅਤੇ ਬਾਕੀ ਦੀ ਦੋਸਤੋ ਪਹਿਲਾਂ ਦੀ ਕਲਾਸਾਂ ਵੀ ਤੁਸੀਂ ਜ਼ਰੂਰ ਦੇਖ ਲਿਓ, ਉਹ ਵੀ ਜ਼ਿਆਦਾ ਹੈਲਪ ਕਰੇਗੀ। ਅਤੇ ਕੱਲ੍ਹ ਸਵੇਰੇ ਤੁਹਾਨੂੰ ਇੱਕ ਹੋਰ ਕਲਾਸ ਮਿਲ ਜਾਏਗੀ, ਉਹ ਵੀ ਜ਼ਰੂਰ ਤੁਸੀਂ ਦੇਖ ਲਿਓ, ਠੀਕ ਹੈ। ਅਤੇ ਵੀਡੀਓ ਨੂੰ ਦੋਸਤੋ ਲਾਈਕ ਕਰ ਦਿਓ ਅਤੇ ਨਾਲੇ ਕਮੈਂਟ ਕਰਕੇ ਦੱਸਿਆ ਜ਼ਰੂਰ ਕਰਿਓ ਕਲਾਸ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਆਪਣੀ ਮੁਲਾਕਾਤ ਦੋਸਤੋ ਨੈਕਸਟ ਵੀਡੀਓ ਵਿੱਚ ਹੋਏਗੀ, ਉਦੋਂ ਤੱਕ ਦੇ ਲਈ ਰੱਬ ਰਾਖਾ।